ਕਿਸਾਨਾਂ ਨੂੰ 17 ਮਟਕਾ ਚੌਕ ਦੀ ਪਰਮਿਸ਼ਨ ਇੱਥੇ ਤੱਕ ਦੀ ਪਰਮਿਸ਼ਨ ਜਿਹੜੀ ਉਹ ਮਿਲੀ ਆ, ਆਪਣੇ 1000 ਬੰਦੇ ਲੈ ਕੇ ਇੱਥੇ ਤੱਕ ਪਹੁੰਚਣਗੇ। ਹਾਲਾਂਕਿ ਉਸ ਤੋਂ ਬਾਅਦ ਪਰਮਿਸ਼ਨ ਤੋਂ ਬਾਅਦ ਇੱਥੇ ਪੈਰਾਮਿਲਟਰੀ ਫੋਰਸ ਜਿਹੜੀ ਆ ਉਹ ਲਾ ਦਿੱਤੀ ਗਈ ਹੈ ਤੇ ਨਾਲ ਦੇ ਨਾਲ ਸੀਨੀਅਰ ਅਫਸਰ ਵੀ ਇੱਥੇ ਮੌਕੇ ਤੇ ਪਹੁੰਚ ਕੇ ਪੂਰਾ ਬਰੀਫ ਕਰਦੇ ਨਜ਼ਰ ਆ ਰਹੇ ਨੇ। ਤਸਵੀਰਾਂ ਤੁਸੀਂ ਵੇਖ ਰਹੇ ਹੋ ਚੰਡੀਗੜ੍ਹ ਦੇ ਸੈਕਟਰ 17 ਮਟਕਾ ਚੌਕ ਦੀਆਂ ਤਸਵੀਰਾਂ ਨੇ, ਜਿੱਥੇ ਇਹ ਪੂਰਾ ਹਾਲਾਂਕਿ ਇਹ ਬੈਰੀਕੇਟਿੰਗ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ। ਬੈਰੀਕੇਟਿੰਗ ਦੇ ਨਾਲ ਨਾਲ ਜਿੰਨੇ ਵੀ ਜਿਹੜੇ ਵੱਡੇ ਜਿਹੜੇ ਟਰੱਕਸ ਨੇ ਟਰਾਲੇ ਨੇ ਉਹਨਾਂ ਨੂੰ ਵੀ ਇੱਥੇ ਲਾਇਆ ਗਿਆ ਸਟੈਂਡ ਬਾਈ, ਕਿਉਂਕਿ ਇੱਧਰ ਪੂਰਾ ਇਹ ਰੋਡ ਜਿਹੜਾ ਉਹ ਮਟਕਾ ਚੌਂਕ ਤੋਂ ਅੱਗੇ ਕਿਸੇ ਨੂੰ ਵੀ ਜਾਣ ਦੀ ਜਿਹੜੀ ਪਰਮਿਸ਼ਨ ਉਹ ਨਹੀਂ ਦਿੱਤੀ ਗਈ ਹੈ। ਔਰ ਉਸ ਤੋਂ ਪਹਿਲਾਂ ਪੂਰਾ ਜਿਹੜਾ ਰੋਡ ਹੈ ਉਸ ਨੂੰ ਬਲੌਕ ਕੀਤਾ ਜਾਏਗਾ। ਹਾਲਾਂਕਿ ਇੱਥੇ ਹੁਣ ਪੁਲਿਸ ਫੋਰਸ ਡਿਪਲੋਏ ਕੀਤੀ ਗਈ ਹੈ ਔਰ ਸੀਨੀਅਰ ਅਧਿਕਾਰੀ ਖੁਦ ਮੌਕੇ ਤੇ ਪਹੁੰਚ ਕੇ ਇੱਥੇ ਪੂਰਾ ਜਾਇਜ਼ਾ ਲੈਂਦੇ ਨਜ਼ਰ ਆ ਰਹੇ ਨੇ। ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾ ਦਈਏ, ਇਹ ਪੂਰਾ ਮਟਕਾ ਚੌਕ ਹੈ। ਹਾਲਾਂਕਿ ਕਿਉਂਕਿ ਕਾਫੀ ਜਾਮ ਦੀ ਜਿਹੜੀ ਸਿਚੁਏਸ਼ਨ ਹੈ ਉਹ ਜ਼ਰੂਰ ਹੋ ਸਕਦੀ ਹੈ, ਜਿਸ ਕਰਕੇ ਹੁਣ ਪੂਰੇ ਅਰੇਂਜਮੈਂਟ ਜਿਹੜੇ ਹੈਗੇ ਪੁਲਿਸ ਵੱਲੋਂ ਕੀਤੇ ਜਾ ਰਹੇ ਨੇ, ਕਿਉਂਕਿ ਇੱਥੇ ਜਿਹੜੀ ਹੈ ਬੈਰੀਕੇਟਿੰਗ ਕਰਕੇ ਇੱਥੇ ਹੀ ਰੋਕਿਆ ਜਾਏਗਾ ਉਹਨਾਂ ਨੂੰ, ਜਿਹੜੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਇਸੇ ਥਾਂ ਤੇ ਪੂਰੀ ਬੈਰੀਕੇਟਿੰਗ ਕਰਕੇ ਉਹਨਾਂ ਨੂੰ ਰੋਕਿਆ ਜਾਏਗਾ ਔਰ ਇਸ ਤੋਂ ਅੱਗੇ ਕਿਸੇ ਨੂੰ ਵੀ ਜਾਣ ਦੀ ਜਿਹੜੀ ਪਰਮਿਸ਼ਨ ਹੈ ਉਹ ਨਹੀਂ ਦਿੱਤੀ ਗਈ ਹੈ। ਬਹੁਤ ਹੀ ਕਲੀਅਰ ਜਿਹੜੀ ਮੀਟਿੰਗ 'ਚ ਫੈਸਲਾ ਲਿਆ ਗਿਆ ਸਹਿਮਤੀ, ਹਾਲਾਂਕਿ ਪਹਿਲਾਂ ਪ੍ਰਸ਼ਾਸਨ ਵੱਲੋਂ 11 ਲੋਕਾਂ ਦੀ ਜਿਹੜੀ ਹੈਗੀ ਉਹ ਦਿੱਤੀ ਗਈ ਸੀ, ਲੇਕਿਨ ਉਸ ਤੋਂ ਬਾਅਦ ਸਹਿਮਤੀ ਬਣੀ, ਗੱਲਬਾਤ ਹੋਈ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਲਾਅ ਐਂਡ ਆਰਡਰ ਖਰਾਬ ਨਾ ਹੋਵੇ, ਇਸ ਕਰਕੇ ਇੱਥੇ ਤੱਕ ਇਹਨਾਂ ਨੂੰ ਪਰਮਿਸ਼ਨ ਦਿੱਤੀ ਗਈ ਹੈ। ਦੂਜੀ ਗੱਲ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਜਿਹੜੀ ਹੈਗੀ ਹੈ ਉਹ ਪੁਲਿਸ ਵੱਲੋਂ ਪੂਰੀ ਹਦਾਇਤਾਂ ਦਿੱਤੀ ਗਈਆਂ ਕਿ ਕਿਸੇ ਵੀ ਤਰ੍ਹਾਂ ਦਾ ਪਹਿਲਾਂ ਲਾਅ ਐਂਡ ਆਰਡਰ ਖਰਾਬ ਨਾ ਹੋਵੇ, ਹਾਲਾਂਕਿ ਪੁਲਿਸ ਫੋਰਸ ਜਿਹੜੀ ਹੈ ਉਹ ਲਾਈ ਗਈ ਹੈ, ਜਿਸ ਕਰਕੇ ਪੂਰਾ ਜਿਹੜੇ ਪੁਖਤਾ ਇੰਤਜ਼ਾਮ ਉਹ ਕੀਤੇ ਗਏ ਨੇ। ਹਾਲਾਂਕਿ ਸੀਨੀਅਰ ਅਧਿਕਾਰੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ, ਲੇਕਿਨ ਕਿਉਂਕਿ ਇੱਥੇ ਪੂਰੀ ਬੈਰੀਕੇਡ ਇਸ ਟਾਈਮ ਵੀ ਪੂਰੇ ਚੰਡੀਗੜ੍ਹ ਦੀ ਅਸੀਂ ਗੱਲ ਕਰ ਲਈ, ਕਾਫੀ ਜਾਮ ਦੀ ਜਿਹੜੀ ਸਿਚੁਏਸ਼ਨ ਹੈ ਜਿਸ ਕਰਕੇ ਪੂਰਾ ਹਾਲਾਂਕਿ ਟ੍ਰੈਫਿਕ ਪੁਲਿਸ ਵੱਲੋਂ ਹੋਰ ਵੀ ਜਿਹੜੀ ਪੁਲਿਸ ਇੱਥੇ ਲਾਈ ਗਈ ਹੈ, ਸਾਰਿਆਂ ਨੂੰ ਹਦਾਇਤਾਂ ਦਿੱਤੀ ਗਈ ਹੈ ਕਿ ਪੂਰਾ ਜਿਹੜਾ ਚੌਕ ਜਾਮ ਕਰਕੇ ਅੱਗੇ SSP ਖੁਦ ਮੌਕੇ ਤੇ ਹੈ ਤੇ ਪੂਰਾ ਇਹ ਜਾਇਜ਼ਾ ਲੈਂਦੇ ਨਜ਼ਰ ਆ ਰਹੇ ਨੇ। ਜਿੰਨੇ ਵੀ ਐਕਸਟਰਾ ਪੈਰਾਮਿਲਟਰੀ ਫੋਰਸਿਸ ਇੱਥੇ ਲਾਈ ਗਈ ਹੈ, ਹੋਰ ਵੀ ਜਿਹੜੇ ਇੱਥੇ RAF ਲਾਈ ਗਈ ਹੈ, ਉਹਨਾਂ ਨੂੰ ਵੀ ਪੂਰੀ ਹਦਾਇਤਾਂ ਦਿੱਤੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਕੋਈ ਲਾਅ ਐਂਡ ਆਰਡਰ ਨਾ ਖਰਾਬ ਹੋਵੇ ਔਰ ਇਸ ਤੋਂ ਅੱਗੇ ਕਿਸੇ ਨੂੰ ਵੀ ਯਾਨੀ ਕਿ ਮਟਕਾ ਚੌਂਕ ਤੋਂ ਅੱਗੇ ਕਿਸੇ ਨੂੰ ਵੀ ਅੱਗੇ ਜਾਣ ਦੀ ਪਰਮਿਸ਼ਨ ਉਹ ਨਹੀਂ ਦਿੱਤੀ ਜਾਏਗੀ। ਇਹ ਬਹੁਤ ਹੀ ਕਲੀਅਰ ਜਿਹੜਾ ਉਹ ਕਿਹਾ ਗਿਆ। ਤੁਹਾਨੂੰ ਦੱਸ ਦਈਏ ਕਿ ਇਹ ਪੂਰਾ ਮਟਕਾ ਚੌਂਕ ਹੈ, ਇਸ ਤੋਂ ਅੱਗੇ ਜੇ ਅਸੀਂ ਗੱਲ ਕਰ ਲਈਏ ਸੈਕਟਰ 9, ਸੈਕਟਰ 8, ਸੈਕਟਰ 7, ਇਹ ਪੂਰਾ ਜਿਹੜਾ ਹੈਗਾ ਉਹ ਪੂਰਾ ਏਰੀਆ ਜਿਹੜਾ ਉਹ ਕੀਤਾ ਗਿਆ ਔਰ ਉਸ ਤੋਂ ਬਾਅਦ ਜੇ ਅਸੀਂ ਗੱਲ ਕਰ ਲਈਏ ਕਈ ਚੀਜ਼ਾਂ ਦੀ ਜਿਹੜੀ ਹਦਾਇਤ ਹੈ ਉਹ ਜ਼ਰੂਰ ਦਿੱਤੀ ਗਈ ਹੈ। ਸੀਨੀਅਰ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ, ਲੇਕਿਨ ਕਿਉਂਕਿ ਬਹੁਤ ਸਾਰੀ ਚੀਜ਼ਾਂ ਜਿਸ ਨੂੰ ਲੈ ਕੇ ਹੁਣ ਪੁਲਿਸ ਵੱਲੋਂ, ਹਾਲਾਂਕਿ ਪੁਲਿਸ ਫਿਲਹਾਲ ਜਿਹੜੇ ਵੀ ਜਿਹੜੇ ਇਸ ਕਿਸਾਨ ਜਥੇਬੰਦੀ ਨੇ ਹੋਰ ਜਿਹੜੇ ਸੀਨੀਅਰ ਅਫਸਰ ਨੇ ਉਹਨਾਂ ਨਾਲ ਜ਼ਰੂਰ ਆਪਸੀ ਮੀਟਿੰਗ ਕਰਦੇ ਨਜ਼ਰ ਆ ਰਹੇ ਨੇ ਕਿ ਕਿਸ ਤਰ੍ਹਾਂ ਦਾ ਸਿਨੈਰੀਓ ਰਹਿਣ ਵਾਲਾ ਹੈ, ਕਿਉਂਕਿ ਇਸ ਤੋਂ ਅੱਗੇ ਯਾਨੀ ਕਿ ਮਟਕਾ ਚੌਕ ਤੋਂ ਅੱਗੇ ਕਿਸੇ ਵੀ ਨੂੰ ਵੀ ਅੱਗੇ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਜਾਏਗੀ। ਹਾਲਾਂਕਿ ਇੱਕ ਵੱਡਾ ਕਹਿ ਸਕਦੇ ਚੈਲੰਜ ਜ਼ਰੂਰ ਪੁਲਿਸ ਵਾਸਤੇ ਵੀ ਹੈਗਾ, ਕਿਉਂਕਿ ਇਸ ਤੋਂ ਅੱਗੇ ਕਿਸੇ ਨੂੰ ਵੀ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਜਾਏਗੀ, ਲੇਕਿਨ ਜਿਹੜਾ ਜਾਮ ਹੈ ਉਸ ਜਾਮ ਦੀ ਜਿਹੜੀ ਸਿਚੁਏਸ਼ਨ ਹੈ ਉਹ ਜ਼ਰੂਰ ਵੇਖਣ ਨੂੰ ਹਜੇ ਸਟਾਰਟਿੰਗ ਤੋਂ ਹੀ ਲੱਗ ਰਹੀ ਹੈ। ਹਾਲਾਂਕਿ ਪੁਲਿਸ ਵੱਲੋਂ ਪੂਰੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਨੇ, ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਸਿਚੁਏਸ਼ਨ, ਕਿਉਂਕਿ ਜਾਮ ਦੀ ਸਿਚੁਏਸ਼ਨ ਤਾਂ ਫਿਲਹਾਲ ਚੰਡੀਗੜ੍ਹ ਦੇ ਵਿੱਚ ਬਣ ਚੁੱਕੀ ਹੈ, ਕਿਉਂਕਿ ਪੂਰਾ 34 ਸੈਕਟਰ ਚੌਕ ਹੋ ਚੁੱਕਿਆ। ਦੂਜੀ ਅਸੀਂ ਗੱਲ ਕਰ ਲਈਏ ਦੂਜੇ ਸਾਈਡ ਤੋਂ ਜਿਹੜਾ ਡਾਇਵਰਟ ਕੀਤਾ ਗਿਆ ਉਸ ਪਾਸੋਂ ਵੀ ਕਾਫੀ ਜਾਮ ਦੀ ਜਿਹੜੀ ਸਿਚੁਏਸ਼ਨ ਹੈ, ਕਿਉਂਕਿ ਵਰਕਿੰਗ ਡੇ ਹੈ ਔਰ ਵਰਕਿੰਗ ਡੇ ਦੇ ਵਿੱਚ ਜਿਹੜੇ ਆਫਿਸਿਸ ਨੇ ਜਾਂ ਸਟੂਡੈਂਟਸ ਨੇ ਜਾਂ ਫਿਰ ਹੋਰ ਜਿਹੜੀ ਥਾਵਾਂ ਤੇ ਨੇ ਉਹ ਸਾਰੀ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਉਹ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਇਸ ਕਰਕੇ ਪੂਰੀ ਪੁਲਿਸ ਫੋਰਸ ਔਰ ਐਕਸਟਰਾ ਪੈਰਾਮਿਲਟਰੀ ਫੋਰਸਿਸ ਪਹਿਲਾਂ ਤੋਂ ਹੀ ਇੱਥੇ ਤੈਨਾਤ ਕਰ ਦਿੱਤੀ ਗਈ ਹੈ। ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਪੂਰਾ ਪੈਰਾਮਿਲਟਰੀ ਫੋਰਸਿਸ ਜਿਹੜੀ ਹੈਗੀ ਹੈ ਉਹ ਆਪਣਾ ਉਹਨਾਂ ਦੇ ਪੂਰਾ ਜਿਹੜੀ ਜਿੱਥੇ ਜਿੱਥੇ ਬੈਰੀਕੇਟਿੰਗ ਲਾਣੀ ਹੈ ਉੱਥੇ ਬੈਰੀਕੇਟਿੰਗ ਤੋਂ ਬਾਅਦ
ਹੁਣ ਪੂਰੀ ਤਿਆਰੀਆਂ ਜਿਹੜੀਆਂ ਉਹ ਕੀਤੀ ਜਾ ਰਹੀਆਂ, ਪੂਰਾ ਉਹਨਾਂ ਦੇ ਪੁਖਤਾ ਇੰਤਜ਼ਾਮ ਜਿਹੜੇ ਉਹ ਕੀਤੇ ਜਾਣੇ, ਔਰ ਖੁਦ ਜਿਹੜੇ ਸੀਨੀਅਰ ਅਫਸਰ ਨੇ ਉਹਨਾਂ ਵੱਲੋਂ ਵੀ ਪੂਰੀ ਹਿਦਾਇਤਾਂ ਜਾਂ ਫਿਰ ਅੱਗੇ ਜਿਹੜਾ ਬਰੀਫ ਕੀਤਾ ਗਿਆ ਪੂਰੀ ਫੋਰਸ ਨੂੰ ਕਿ ਕਿਸ ਤਰ੍ਹਾਂ ਜਿਹੜਾ ਅੱਗੇ ਜਿਹੜਾ ਹੈਗਾ ਆਉਣ ਦੀ ਪਰਮਿਸ਼ਨ ਕਿਸੇ ਨੂੰ ਨਾ ਦਿੱਤੀ ਜਾਵੇ, ਅੱਗੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੋਈ ਲਾਅ ਐਂਡ ਆਰਡਰ ਖਰਾਬ ਕਰਦਾ ਹੈ ਤਾਂ ਉਦੋਂ ਉਹਨੂੰ ਸਖਤੀ ਸੇ ਜਿਹੜਾ ਨਿਪਟਿਆ ਜਾਵੇ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਪੁਲਿਸ ਵੱਲੋਂ ਪੁਖਤਾ ਇੰਤਜ਼ਾਮ ਜਿਹੜੇ ਉਹ ਕੀਤੇ ਗਏ ਨੇ। ਹਾਲਾਂਕਿ ਸੀਨੀਅਰ ਅਧਿਕਾਰੀ ਲਗਾਤਾਰ ਮੀਟਿੰਗਸ ਕਰਦੇ ਨਜ਼ਰ ਆ ਰਹੇ ਨੇ, ਹੋਰ ਵੀ ਜਿਹੜੇ ਆਫਿਸਰਸ ਨੇ ਉਹਨਾਂ ਦੇ ਨਾਲ ਮੀਟਿੰਗ ਕਰਦੇ ਨਜ਼ਰ ਆ ਰਹੇ ਨੇ, ਔਰ ਮਕਸਦ ਇਹੀ ਹੈ ਕਿ ਲਾਅ ਐਂਡ ਆਰਡਰ ਖਰਾਬ ਨਾ ਹੋਵੇ, ਔਰ ਦੂਜੇ ਪਾਸੇ ਜੇ ਅਸੀਂ ਗੱਲ ਕਰ ਲਈ ਇਸ ਤੋਂ ਅੱਗੇ ਕਿਸੇ ਨੂੰ ਵੀ ਜਾਣ ਦੀ ਜਿਹੜੀ ਪਰਮਿਸ਼ਨ ਹੈ ਉਹ ਨਹੀਂ ਦਿੱਤੀ ਜਾਏਗੀ। ਇਹ ਬਹੁਤ ਹੀ ਕਲੀਅਰ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਹੁਣ ਐਕਸਟਰਾ ਪੈਰਾਮਿਲਟਰੀ ਫੋਰਸਿਸ RAF ਜਿਹੜੀ ਹੈ ਉਹ ਲਾਈ ਗਈ ਹੈ, ਉਹ ਸਾਰਿਆਂ ਨੂੰ ਬਰੀਫ ਕਰਨ ਤੋਂ ਬਾਅਦ ਇਸ ਬੈਰੀਕੇਟਿੰਗ ਦੇ ਕੋਲ ਰੱਖਿਆ ਜਾਏਗਾ, ਯਾਨੀ ਕਿ ਬੈਰੀਕੇਟਿੰਗ 'ਚ ਪੂਰੀ ਬੈਰੀਕੇਟਿੰਗ ਕਰਕੇ ਇਸ ਪਾਸੇ ਜਿਹੜਾ ਉਹ ਰੱਖਿਆ ਜਾਏਗਾ ਕਿ ਇੱਧਰ ਤੋਂ ਅੱਗੇ ਉਹ ਨਾ ਨਿਕਲ ਸਕੇ, ਕਿਸੇ ਵੀ ਤਰ੍ਹਾਂ ਦੀ ਕੋਈ ਅੱਗੇ ਜਿਹੜਾ ਹੈਗਾ ਉਹ ਪਰਮਿਸ਼ਨ ਨਹੀਂ ਦਿੱਤੀ ਜਾਏਗੀ। ਬਹੁਤ ਹੀ ਕਲੀਅਰ ਇੰਸਟਰਕਸ਼ਨ ਜਿਹੜੀਆਂ ਸੀਨੀਅਰ ਅਫਸਰਾਂ ਵੱਲੋਂ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਇਸ ਤੋਂ ਜਿਹੜੀ ਬੈਰੀਕੇਟਿੰਗ ਕੀਤੀ ਜਾ ਰਹੀ ਹੈ ਇਸ ਤੋਂ ਅੱਗੇ ਹੋਰ ਪਰਮਿਸ਼ਨ ਹੈ, ਕਿਉਂਕਿ ਜਾਮ ਦੀ ਸਿਚੁਏਸ਼ਨ ਤਾਂ ਹੈਗੀ ਹੈ, ਕਿਉਂਕਿ ਇੱਥੇ ਬਿਲਕੁਲ ਇਹ ਸਿਰਾ ਸੈਕਟਰ 16 ਸੈਕਟਰ PGI ਹਸਪੀਟਲ ਜਾ ਰਿਹਾ, ਇਸੋ ਵਿਧਾਨ ਸਭਾ 17 ਕਿਉਂਕਿ ਇੱਥੇ ਸੈਕਟਰ 9 ਹਾਈ ਕੋਰਟ ਵਿਧਾਨ ਸਭਾ ਪੂਰੀ ਜਿਹੜੀ ਚੀਜ਼ਾਂ ਉਸਨੂੰ ਲੈ ਕੇ ਲਗਾਤਾਰ ਇਹਦੇ ਵਿੱਚ ਕੰਮ ਕੀਤਾ ਜਾ ਰਿਹਾ।